जे गल करिए टॉयज दी ते गिफ्ट आइटम्स दी, सब तो पहले माइंड विच नाम आंदा है किट टू किट खुराना गिफ्ट सेंटर दा, जिथे वैरायटी भी बहुत ज़्यादा है ते रेंज वाइज भी बहुत ही इकोनॉमिकल प्राइजेस दे विच इत्थे टॉयज दी वैरायटी है, गिफ्ट आइटम्स दी वैरायटी है। ते सब तो इंपॉर्टेंट गल इत्थे छोटे न्यूबॉर्न बेबी तो लैके 11 तो 12 साल तक दे हर बच्चे दी गिफ्ट आइटम वैरायटीज जो है इत्थे अवेलेबल है। सो अज असीं आए हाँ ब्रांच किट टू किट खुराना गिफ्ट सेंटर च, जिथे तुहानूं दिखावांगे न्यू रेंज ऑफ गिफ्ट आइटम्स एंड टॉयज। खुराना गिफ्ट सेंटर दे विच आए हो, वैरायटी बारे की कहना चाहोगे? वैरायटी बहुत अच्छी है और इतने और सारे जो प्रोडक्ट्स ने सारे गिफ्ट आइटम बहुत अच्छे ने, क्वालिटीज़ बहुत अच्छी है और वन ऑफ द मोस्ट थिंग नॉमिनल प्राइजेस दे विच ने और स्टेशनरी तो लैके बच्चों के गिफ्ट आइटम्स और पार्टी आइटम्स सारी चीज़ें बहुत अच्छी हैं जी। मैम पहली बार विजिट कर रहे हो या पहला भी आई? नहीं, मैं पहला भी आई हूँ, दो तीन बार पहला आ चुकी हूँ। आज मैम की लेके जा रहे हो? जी आज असी बच्चा वैसे स्टडी टेबल दिता है और कुछ गेम्स लीतिया ने इन्होंने। सो आप क्या लेके जा रहे हो यहाँ से? यहाँ से मैं एक स्लाइम लेके जा रहा हूँ और एक कार लेके जा रहा हूँ और स्टडी टेबल। ਅਸੀਂ ਇੱਥੇ ਜਦੋਂ ਆਏ ਸੀਗੇ ਪਹਿਲੀ ਵਾਰ ਆਏ ਸੀਗੇ ਤਾਂ ਦੇਖਿਆ ਇੱਥੇ ਸਟੋਰ ਦੇ ਵਿੱਚ ਨੋਰਮਲੀ ਜਿਹੜਾ ਹੈਗਾ ਵੀ ਚਲੋ ਆਮ ਸ਼ੋਰੂਮ ਹੁੰਦੇ ਨੇ ਆਮ, ਹੈ ਨਾ, ਸਾਰੀਆਂ ਦੁਕਾਨਾਂ ਹੁੰਦੀਆਂ ਨੇ, ਫਿਰ ਇਹਨੂੰ ਸੈਕਿੰਡ ਫਲੋਰ 'ਤੇ ਲੈ ਗਏ, ਥਰਡ 'ਤੇ ਲੈ ਗਏ, ਗੋਡਾਊਨ 'ਚ ਲੈ ਗਏ, ਪਰ ਇੱਥੇ ਆ ਕੇ ਇਹ ਲੱਗਿਆ ਇੰਨੀ ਕੁ ਭਰਮਾਰ, ਇੰਨੀ ਕੁ ਸਮਝ ਨਾ ਆਵੇ ਅਸੀਂ ਲਈਏ ਕਿ ਹਰ ਚੀਜ਼ ਵਧੀਆ ਲੱਗਦੀ ਸੀ ਵੀ ਆਹ ਵੀ ਘਰ ਲੈ ਜਾਈਏ। ਔਰ ਫਸਟ ਆਫ ਆਲ ਉਹਨਾਂ ਦੀ ਡੀਲਿੰਗ ਇੰਨੀ ਅੱਛੀ ਹੈ, ਘਰ ਵਰਗਾ ਫੀਲ ਹੁੰਦਾ ਇੱਥੇ, ਇਹ ਨਹੀਂ ਲੱਗਦਾ ਕਿ ਅਸੀਂ ਕਿਤੇ ਸ਼ੋਪਿੰਗ ਕਰਨਾ ਹੈ, ਕਿਤੇ ਮਾਲ ਦੇ ਵਿੱਚ ਆਏ, ਸ਼ੋਰੂਮ ਦੇ ਵਿੱਚ ਆਏ ਹਾਂ। ਐੱਮ ਆਰ ਪੀ 10-12 ਹਜ਼ਾਰ ਦੀ ਸੀਗੀ, ਉਹ 4500 ਸਾਰਾ ਬਿੱਲ ਬਣਿਆ ਸਾਡਾ। ਪਰ ਯੂਨੀਕ ਗਿਫਟਸ ਅਸੀਂ ਲਏ ਨੇ ਆਪਣੀ ਭਤੀਜੀ ਵਾਸਤੇ, ਬਹੁਤ ਅੱਛੇ ਅੱਛੇ, ਸਾਨੂੰ ਖੁਸ਼ੀ ਹੋਈ ਆ, ਬਹੁਤ ਅੱਛਾ ਲੱਗਿਆ। ਅਤੇ ਸਾਰਿਆਂ ਨੂੰ ਅਸੀਂ ਅਪੀਲ ਵੀ ਕਰਦੇ ਹਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਇੱਕ ਵਾਰ ਵਿਜ਼ਿਟ ਕਰਨ, ਦੇਖਣ, ਜ਼ਰੂਰ ਕੁਛ ਨਾ ਕੁਛ ਵਧੀਆ ਮਿਲੂਗਾ, ਅੱਛਾ ਮਿਲੂਗਾ। ਮੈਨੂੰ 2 ਸਾਲ ਹੋ ਗਏ, ਮੈਂ ਤਾਂ ਇੱਥੋਂ ਜਦੋਂ ਵੀ ਗਿਫਟ ਪਤਾ ਲੱਗਿਆ ਮੈਂ ਇੱਥੇ ਪਰਚੇਜ਼ ਕਰਦਾ ਗਿਫਟ ਐਂਡ ਕੁਛ ਵੀ ਗਿਫਟ ਆਈਟਮਸ ਮੈਨੂੰ ਹੁੰਦੀਆਂ ਮੈਂ ਇੱਥੇ ਆਉਣਾ ਪੁਰਾਣਾ ਗਿਫਟ ਸੈਂਟਰ। ਸਰ ਪ੍ਰਾਈਜ਼ ਦੀ ਅਗਰ ਗੱਲ ਕਰੀਏ ਤਾਂ ਰੇਂਜ ਕਿਸ ਤਰ੍ਹਾਂ ਹੈ, ਪ੍ਰਾਈਸ ਕਿਸ ਤਰ੍ਹਾਂ ਹੈ? ਰੇਂਜ ਕਾਫੀ ਲੋ ਹੈ, ਐੱਮ ਆਰ ਪੀ ਤੋਂ ਕਾਫੀ ਲੈਸ ਹੈ ਐਂਡ ਮੋਰ ਓਵਰ ਇਟ ਲੁਕਸ ਲਾਈਕ ਅ ਹੋਲਸੇਲ ਪ੍ਰਾਈਸ, ਈਵਨ ਦ ਰਿਟੇਲ ਕਸਟਮਰ ਨੂੰ ਵੀ ਹੋਲਸੇਲ ਪ੍ਰਾਈਸ ਮਿਲਦਾ। ਸੋ ਗੱਲਬਾਤ ਕਰਦੇ ਹਾਂ ਬ੍ਰਾਂਚ ਕਿਟ ਟੂ ਕਿਟ ਖੁਰਾਨਾ ਗਿਫਟ ਸੈਂਟਰ ਦੇ ਓਨਰ ਮਿਸਟਰ ਕਵਰਦੀਪ ਸਿੰਘ ਖੁਰਾਨਾ ਜੀ ਨਾਲ। ਸੋ ਸਰ ਕਿਹੜੀ ਨਵੀਂ ਵੈਰਾਈਟੀ, ਨਵੀਂ ਰੇਂਜ ਲੈ ਕੇ ਆਏ ਹੋ? ਪਹਿਲਾਂ ਤਾਂ ਮੈਂ ਵੈਲਕਮ ਕਰਨਾ ਚਾਹੂੰਗਾ ਮੇਰੇ ਵਿਊਅਰਸ ਜਿਹੜੇ ਲੁਧਿਆਣੇ ਦੇ, ਜਿਹੜੇ ਮੈਂ ਦੇਖ ਰਹੇ ਨੇ ਅਤੇ ਜਿਹੜਾ ਇੰਨਾ ਪਿਆਰ ਦੇ ਚੁੱਕੇ ਨੇ। ਸਮਰ ਚੱਲ ਰਹੀ ਹੈ, ਸਪੈਸ਼ਲੀ ਮੈਂ ਰਿਕਮੈਂਡਸ ਕਰਾਂਗਾ ਜੋ ਸਮਰ ਪਾਰਟੀ ਚੱਲ ਰਹੀਆਂ ਨੇ, ਜੋ ਆਫਟਰ ਲੋਕਡਾਊਨ ਖੁੱਲ੍ਹ ਚੁੱਕਾ ਹੈ, ਟੋਟਲੀ ਖੁੱਲ੍ਹ ਚੁੱਕਾ ਹੈ, ਅਤੇ ਮੈਂ ਖੁਦ ਗਲੈਡਫੁੱਲ ਹਾਂ, ਅਤੇ ਉਹਦੇ ਲਈ ਮੈਂ ਪੂਰਾ ਇੱਕ ਤਿਆਰ ਹੋ ਚੁੱਕਾ ਹਾਂ। ਅਤੇ ਉਹ ਪ੍ਰੋਪਰ ਸਮਰ ਰਿਲੇਟਡ ਸਾਡੇ ਸਵਿਮਿੰਗ ਪੂਲਸ ਆਉਂਦੇ ਨੇ, ਐਕਸਾਈਟਿਡ ਪਾਰਟੀਜ਼ ਚੱਲ ਰਹੀਆਂ ਨੇ, ਹਰੇਕ ਚੀਜ਼ ਸਾਡੇ ਕੋਲ ਇਹਦੇ ਨਾਲ ਸਭ ਤੋਂ ਸਪੈਸਿਫਿਕ ਲੈ ਕੇ ਚੱਲ ਰਹੇ ਹਾਂ ਵੀ ਪੂਲਸ ਨਾਲ ਲੈ ਕੇ ਅਸੀਂ ਸੋਫਟ ਟੋਏ ਨੂੰ ਪ੍ਰੈਫਰ ਕਰ ਰਹੇ ਹਾਂ, ਜਿਹਦੇ ਯੂਨੀਕੋਰਨਸ ਬ੍ਰਾਂਡਸ ਨੇ, ਪੈਪਾ ਪਿਕ ਬ੍ਰਾਂਡਸ ਹੈ, ਲੋਟਸ ਆਫ ਰੇਂਜ ਆਰ ਅਵੇਲੇਬਲ। ਲਾਈਕ ਜਿਹਨੂੰ ਕਸਟਮਰ ਮੰਗਦਾ, ਆਈ ਵਾਂਟ ਦਾ ਡਿਜ਼ਨੀ ਕਰੈਕਟਰਸ ਲਾਈਕ ਮਿਕੀ ਮਾਊਸ ਹੈ, ਮਿਸਟਰ ਬੀਨ ਕਰੈਕਟਰਸ ਹੈ, ਵਨ ਆਫ ਦਾ ਬੈਸਟ ਬ੍ਰਾਂਡਸ ਜਿਹੜੇ ਹੈਗੇ ਜੋ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਜੀ। ਸਰ ਜੇ ਗੱਲ ਕਰੀਏ ਬ੍ਰਾਂਡਸ ਦੀ ਅਤੇ ਨਵੇਂ ਨਵੇਂ ਟੋਇਜ਼ ਜੋ ਹੈ ਲੋਕਾਂ ਦਾ ਵਿਸ਼ਵਾਸ ਤੁਹਾਡੇ ਵਿੱਚ ਬਣਿਆ ਹੋਇਆ, ਕੀ ਕਾਰਨ ਹੈ, ਇਸ ਵਜ੍ਹਾ ਕੀ ਹੈ? ਦੇਖੋ ਜੋ ਇੱਕ ਕਸਟਮਰ ਨੀਡ ਹੈ, ਨੀਡਫੁੱਲ ਆਈਟਮਸ ਹੈਗੀਆਂ ਨੇ ਜੋ ਆਮ ਮਾਰਕੀਟ ਮਿਲ ਜਾਂਦੀਆਂ, ਇੱਕ ਸਾਡੀ ਸਪੈਸ਼ਲਿਟੀ ਹੈ ਲਾਈਕ ਤੁਸੀਂ ਰਾਈਡਾਊਨਸ ਕਾਰ ਤੋਂ ਲੈ ਕੇ ਚੱਲੋ, ਜਿੱਥੇ ਬਾਈਕਸ ਕਾਰ ਦੀ ਆਪਾਂ ਸਪੈਸ਼ਲ ਗੱਲ ਕਰੀਏ, ਜੋ ਬੱਚਾ 2 ਤੋਂ ਲੈ ਕੇ 10 ਸਾਲ ਦਾ ਬੱਚੇ ਲਈ ਕੋਈ ਚੀਜ਼ ਲੈਣਾ ਚਾਹੁੰਦਾ ਹੈ, ਸਾਡੇ ਰਾਈਡਾਊਨਸ ਮੈਕਲਰਨ ਮਾਡਲ ਅਵੇਲੇਬਲ ਹੈ, ਆਡੀ ਮਾਡਲ ਅਵੇਲੇਬਲ ਹੈ, ਸੈਕੰਡਲੀ ਇੱਕ ਰੈਂਗਲਰ ਮਾਡਲ ਆ ਰਿਹਾ, ਮਤਲਬ ਵਨ ਆਫ ਦਾ ਬੈਸਟ ਮਾਡਲ ਹੈ ਜੋ ਤੁਹਾਨੂੰ ਇੱਕ ਮਾਰਕੀਟ 'ਚ ਅਚੀਵ ਕਰਨ ਜਾਓਗੇ। ਅਤੇ ਸਿਰਫ ਪਿਕਚਰਸ ਦਿਖਾਉਂਦੇ ਨੇ, ਅਸੀਂ ਉਸ ਚੀਜ਼ ਨੂੰ ਡਿਸਪਲੇ ਕਰਕੇ ਔਰ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਰੇਟ ਦੀ ਅਸੀਂ ਗਰੰਟੀ ਵੀ ਚੱਕ ਰਹੇ ਹਾਂ। ਪ੍ਰਾਈਸਿਸ ਆਰ ਦਾ ਬੈਸਟ, ਜਸਟ ਗਿਵ ਮੀ ਮਿਸ ਕਾਲ ਔਰ ਈਵਨ ਵਟਸਐਪ ਮੈਨੂੰ ਕਰੋ, ਮੈਂ ਪੂਰਾ ਡਿਸਕਸ਼ਨ, ਮੇਰੀ ਟੀਮ ਪੂਰੀ ਬੈਠੀ ਤੁਹਾਡੇ ਨਾਲ ਗੱਲਬਾਤ ਕਰਨ ਲਈ, ਮੈਂ ਪੂਰੇ ਲੁਧਿਆਣੇ ਨੂੰ ਅਪੀਲ ਕਰਦਾ ਵਨ ਆਫ ਦਾ ਬੈਸਟ ਚੋਇਸ ਦੀ, ਜਿਹਨੂੰ ਕਹਿ ਸਕਦੇ ਅਗਰ ਤੁਸੀਂ ਆਓਗੇ ਤਾਂ ਤੁਸੀਂ ਖੁਦ ਸਰਪ੍ਰਾਈਜ਼ ਹੋਵੋਗੇ। ਸਾਡੇ ਕੋਲ ਨਿਊ ਬੋਰਨ ਤੋਂ ਲੈ ਕੇ ਟੋਟਲ 20 ਈਅਰਸ ਤੱਕ ਲਈ, ਜਿਹਨੂੰ ਆਪਾਂ ਸਪੋਰਟਸ ਆਈਟਮ ਕਹਿੰਦੇ ਹਾਂ, ਸਵਿਮ ਪੂਲ ਆਈਟਮਸ ਕਹਿੰਦੇ ਹਾਂ, ਰਿਟਰਨ ਗਿਫਟਸ ਕਹਿੰਦੇ ਹਾਂ, ਜੋ ਅਗਰ ਰੱਖੜੀ ਆ ਰਹੀ ਹੈ, ਰੱਖੜੀ ਸਪੈਸ਼ਲ ਜੋ ਗਿਫਟਸ ਹੁੰਦੇ ਆ, ਜੋ ਬੇਸਿਕ ਆਮ ਨੀਡਫੁੱਲ ਆਈਟਮ ਕਸਟਮਰ ਮੰਗਦਾ ਵੀ 50 ਤੋਂ ਲੈ ਕੇ ਹਮਕੋ 100 ਜਾਂ 200 ਤੱਕ ਮੈਕਸੀਮਮ ਆਈਟਮਸ ਚਾਹੀਦੀਆਂ ਨੇ, ਤਾਂ ਮੈਂ ਉਸ ਚੀਜ਼ ਦੀ ਡਿਲੀਵਰੀ ਦੇਣ ਦੀ ਪੂਰੀ ਕੋਸ਼ਿਸ਼ ਕਰ ਰਿਹਾ। ਹੋਮ ਡਿਲੀਵਰੀ ਵੀ ਅਸੀਂ ਅਵੇਲੇਬਲ ਕਰ ਰਹੇ ਹਾਂ, ਸਪੈਸ਼ਲੀ ਅਸੀਂ ਗੂਗਲ ਦੇ ਉੱਤੇ ਵੀ ਪ੍ਰਮੋਟ ਕਰ ਰਹੇ ਆਪਣੇ ਆਪ ਨੂੰ, ਫੇਸਬੁੱਕ, ਇੰਸਟਾਗ੍ਰਾਮ, ਨੰਬਰ ਆਫ ਚੈਨਲ ਜਿਹੜੇ ਚੱਲ ਚੁੱਕੇ ਨੇ, ਅਤੇ ਮੈਂ ਵੀ ਚਾਹੁੰਦਾ ਕਿ ਬ੍ਰਾਂਡ ਕਿਟ ਟੂ ਕਿਟ ਨੂੰ ਤੁਸੀਂ ਇੱਕ ਸਪੋਰਟ ਕਰੋ, ਕਿਉਂਕਿ ਕਾਫੀ ਸਾਲਾਂ ਤੋਂ ਅਸੀਂ ਜਿਹੜਾ ਪ੍ਰਮੋਸ਼ਨ ਚੱਲ ਰਿਹਾ, ਸਪੈਸ਼ਲੀ ਹੋਲਸੇਲ ਕਰ ਰਹੇ ਹਾਂ ਹੁਣ, ਅਸੀਂ ਕੰਜ਼ਿਊਮਰ ਲੈ ਕੇ ਜਾ ਰਹੇ ਹਾਂ, ਕਿਉਂਕਿ ਹੋਲਸੇਲ ਤਾਂ ਹੀ ਪੋਸੀਬਲ ਹੈ ਵੈਨ ਦਾ ਕੰਜ਼ਿਊਮਰ ਵਾਲ ਵਿਲ ਕਮ ਹੇਅਰ। ਤੁਸੀਂ ਅਗਰ ਆ ਰਹੇ ਹੋ ਤਾਂ ਮੈਨੂੰ ਇੱਕ ਟੇਸਟ ਪਤਾ ਲੱਗ ਰਿਹਾ, ਮੈਨੂੰ ਪਤਾ ਆਈ ਵਾਂਟ ਮਾਈ ਲੁਧਿਆਣਾ ਬੈਸਟ ਕਸਟਮਰਸ, ਜੋ ਕਰੀਮ ਕਸਟਮਰਸ ਹੈ ਜਾਂ ਰੋਇਲ ਕਸਟਮਰ ਹੈ ਉਹ ਵੀ ਕਹਿ ਸਕਦੇ ਹਾਂ, ਨੋਮੀਨਲ ਕਸਟਮਰ ਵੀ ਮੈਂ ਗੱਲ ਕਰਾਂ, ਸਪੈਸ਼ਲੀ ਉਹਨਾਂ ਨੀਡਫੁੱਲ ਡੇ ਰੂਟੀਨ ਚਾਹੀਦਾ ਮੈਂ, ਕੋਈ ਮੈਕਸੀਮਮ ਕੋਈ ਪੇਰੈਂਟਸ ਵੀ ਆ ਰਹੇ ਨੇ
जो मेरा आज कस्टमर मेरे ना जुड़ चुका है और वीकली बाय वीकली सर को आ रहे क्योंकि बच्चे की नीड ऐसी है कोई 100 रुपये 500 रुपये जिन्हें टॉय लेना है तो रिकमेंड मैंने ही कर रहा है। तो मैं भी चाहना एक बार साढ़े स्टोर आओ, नंबर ऑफ टैक्स लग चुके हैं, डिस्प्ले आइटम्स आर अवेलेबल, पूरा पंजाब लुधियाने में बिलोंग करता है, लुधियाने में होलसेल होंगे तो लुधियाने वन ऑफ द बेस्ट कस्टमर है। कोई लास्ट रिसेंटली मेरे को फगवाड़े तो कस्टमर आ रहा है, जलंधर तो आ रहा है, बठिंडे तो आ रहा है, मैं जिन्होंने कह बेल्ट कह सकता दुआबा की बेल्ट होगी, मालवा, मैंने इन्हें मेरे भरा जो मेरे पखवा रोड से मैं स्पैशली जिन्हें लुधियाने के अंडर 100 किलोमीटर 50 किलोमीटर सारे एरियाज मैंने कैप्चर कर रहे हैं। तो मैं बेसिकली किसी टॉय स्टोर लिख के सर्च करो, ब्रांड किट टू किट जरूर याद रखो और किट टू किट को प्रमोट करने लिए पूरी एफर्ट्स भी कर रहे हैं। मैं भी चाहना एक बार साढ़े स्टोर विजिट करो। तो किसी ने अगर विजिट करना होवे तो कोल तो की टाइमिंग्स ने? तो बेसिक जो रेगुलर टाइम साढ़े मॉर्निंग टाइम 10 बजे असं आने तो इवनिंग से लास्ट तो लास्ट 8 बजे तक की कोशिश करते हैं भी कस्टमर पूरे एफर्ट्स के नाल अपना स्टाफ जो सा पूरा प्रैफर कर रहा है 10 to 8 इज द बेस्ट टाइम। तो अभी चाहते हैं कि कस्टमर इस टाइम के ही आए ताकि अभी फुलफिलमेंट कर सकी। सर तो अप्रोच करना हो कितने विजिट कर वन ऑफ द बेस्ट ईजी वे है फ्रॉम लुधियाना। तो अगर बस स्टैंड वन ऑफ द मेन सिटी हब जिन्होंने कहने बस स्टैंड तो अगर आओगे तो नियर बाय शाम नगर पब्लिक धर्मगंडा इज द वन ऑफ बेस्ट लोकेशन है। साढ़े चौंक के कॉर्नर एक नंबर गली मशहूर है पब्लिक धर्मगंडी गली। इवन यू कम फ्रॉम द जगराओं पुल और पुल के बैक साइड मिलिट्री कैंप एरिया है उन्होंने टर्न करते सारा एरिया पब्लिक धर्मगंडा ही मशहूर है और गली अंदर एंटर करते सर हमारा लेफ्ट साइड का बहुत अच्छा स्टोर खुल चुका है। तो अगर तुम प्रॉपरली अगर सू गूगल से चैक कर सकते हो बाइक किट टू किट इवन यू आर क्रॉस से खुराना गिफ्ट सेंटर दोनों का रिकमेंडेशन लाऊंगा तो गूगल रिव्यूज भी है कि सू फेसबुक पर भी जाकर चैक कर सकते हो। इंस्टा इज द वन ऑफ द बेस्ट प्लेस किट टू किट बाय खुराना गिफ्ट सेंटर तो मस्ट विजिट अवर स्टोर। यूट्यूब से देख सकते हो नंबर ऑफ वीडियोज़ मैं पा चुका हाँ तो मैं जो वन बाय डे असं कस्टमर के बेसिकली रिव्यूज़ भी अच्छा लेने शुरू कर देते हैं। एक रिव्यूज़ लैन का मीनिंग की होंगे कि असं एक अच्छे स्टोर में बिलोंग करते हैं असं भी चाहते हैं जो एक कस्टमर जो कंज्यूमर की नीड है असं उन्हें फुलफिल कर सके। तो बेसिक माई नंबर इज़ का स्पैशली जो कस्टमर एक नीडफुल जिन्होंने कहते हैं इंक्वायरी देने तो बाद नंबर होना चाहिए माई नंबर इज 8300000086 एंड सैकेंड नंबर इज 9876838786। तो स्पेशली जो कस्टमर वांट्स दा अगर कोई कॉल नहीं कर पा रहा तो मेरा जरा व्हाट्सएप नंबर है 9876838786 से मैंने व्हाट्सएप कर सकते हो। मेरा ऑटो प्राइस भी लगे हुए हैं तो मैं भी वेट कराँगा उन्हें लोकेशन लिख के सेंड कर सकते हो ऑटोमेटिक लोकेशन भी जाने। तो जे गल करिए बेस्ट वैरायटी ऑफ टॉयज दी गिफ्ट आइटम्स दी ते स्कूल फर्नीचर दी इत्थे हर एक चीज अवेलेबल है। तो अपने बच्चों को लेके जरूर विजिट करो ब्रांच किचू किट खुराना गिफ्ट सेंटर च जो कि लोकेटेड है श्याम नगर दे विच नियर बस स्टैंड लुधियाना।